ਤੰਗ ਦੇ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਮੈਰਥਨ ਬੈਠਕਾਂ ਕਰਦੇ ਨਜ਼ਰ ਆ ਰਹੇ ਸੀ ਹਰਪਾਲ ਸਿੰਘ ਚੀਮਾ ਜਿਹੜੇ ਨੇ ਇੱਥੇ ਮੌਜੂਦ ਸੀ ਇਸ ਦੇ ਨਾਲ ਨਾਲ ਤਿੰਨ ਕੈਬਨਿਟ ਮੰਤਰੀ ਔਰ ਪੰਜ ਐਮ ਐਲ ਏ ਮੌਜੂਦ ਸੀ ਚੀਮਾ ਸਾਹਿਬ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਜਕਰ ਗੱਲ ਕਰੀਏ ਉਸ ਗ੍ਰਿਫਤਾਰੀ ਦਾ ਇਸ ਪਰਚਾਰ ਤੇ ਕੀ ਅਸਰ ਪੈਂਦਾ ਹੋਇਆ ਨਜ਼ਰ ਆਊਗਾ ਕੀ ਦੇਖੋ ਅੱਜ अरविंद केजरीवाल जी ਨੂੰ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੇ ਝੂਠੇ ਫਰਜੀ ਕੇਸ ਦੇ ਅੰਦਰ ਬੰਦ ਕੀਤਾਗਾ ਪਰ ਅੱਜ ਲੱਖਾਂ ਹੀ केजरीवाल ਦੇਸ਼ ਚ ਪੈਦਾ ਹੋਏ ਨੇਗੇ ਅੱਜ ਲੱਖਾਂ ਹੀ केजरीवाल ਦੇਸ਼ ਚ ਪ੍ਰਚਾਰ ਕਰ ਰਹੇ ਨੇਗੇ केजरीवाल ਸਾਹਿਬ ਦੀ ਸੋਚ ਨੂੰ ਅੰਦਰ ਬੰਦ ਨਹੀਂ ਕਰ ਸਕਦੇ केजरीवाल ਸਾਹਿਬ ਦੀ ਸਰੀਰ ਨੂੰ ਅੰਦਰ ਬੰਦ ਕੀਤਾਗਾ ਪਰ ਲੇਕਿਨ ਉਹਨਾਂ ਦੀ ਸੋਚ ਜਿਹੜੀ ਆ ਅੱਜ ਲੱਖਾਂ ਦੀ ਗਿਣਤੀ ਦੇ ਅੰਦਰ ਦੇਸ਼ ਚ ਫੈਲ ਚੁੱਕੀ ਆ ਸੋ ਮੈਂ ਸਮਝਦਾ ਦੇਸ਼ ਦੇ ਲੋਕ ਜਿਹੜੇ ਨੇਗੇ ਉਹ ਭਾਰਤੀ ਜਨਤਾ ਪਾਰਟੀ ਨੂੰ ਸਬਕ ਸਿੱਖਣਗੇ ਔਰ ਦੂਜਾ ਦੇਸ਼ ਦੀ ਮਹਿਤਾ ਸਾਡੀ ਜਿਹੜੀ ਜੁਡੀਸ਼ਰੀ ਆ ਉਹਨੂੰ ਧੰਨਵਾਦ ਕਰਨਾ ਚਾਹਨਾਗਾ ਕਿ ਸਾਡੇ ਰਾਸਵਾ ਮੈਂਬਰ ਸੰਜੇ ਸਿੰਘ ਜੀ ਅੱਜ ਬਾਹਰ ਆਏ ਨੇ ਕਿ ਸੋ ਅੱਜ ਉਹਨਾਂ ਦੀ ਜ਼ਮਾਨਤ ਹੋਈ ਹੈਗੀ ਸੋ ਉਸ ਜ਼ਮਾਨਤ ਦੇ ਅੰਦਰ ਈਡੀ ਨੂੰ ਮੰਨਣਾ ਪਿਆ ਈਡੀ ਨੂੰ ਮੰਨਣਾ ਪਿਆ ਕਿ ਕੇਸ ਜਿਹੜਾ ਹੈਗਾ ਉਹ ਬਣਦਾ ਨਹੀਂ ਹੈਗਾ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਮੰਨਣਾ ਪਿਆ ਕੇਸ ਬਣਦਾ ਨਹੀਂ ਸੁਪਰੀਮ ਕੋਰਟ ਨੇ ਕੀ ਕਿਹਾ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਜੇਕਰ ਤੁਸੀਂ ਮੰਨਦੇ ਹੋ ਆਸੀਂ ਔਨ ਮੈਰਿਟ ਤੇ ਡਿਸਾਈਡ ਕਰੀਏ ਜਾਂ ਮੈਰਿਟ ਤੋਂ ਬਿਨਾ ਉਹ ਕਹਿੰਦੇ ਜੀ ਮੈਰਿਟ ਤੋਂ ਬਿਨਾ ਡਿਸਾਈਡ ਕਰੋ ਕਿਉਂ ਕਿ ਕੇਸ ਬਣਦਾ ਨਹੀਂ ਉਹਨੇ ਆਪਦੇ ਆਪ ਸਰੈਂਡਰ ਕੀਤਾ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਈਡੀ ਦੇ ਸਰੈਂਡਰ ਕੀਤਾ ਕਿ ਕੇਸ ਬਣਦਾ ਨਹੀਂ ਹੈਗਾ ਤਾਂ ਉਹ ਜਿਹੜੀ ਹੈ ਜਮਾਨਤ ਹੋਈ ਹੈ ਤਾਂ ਇੱਥੋਂ ਪਤਾ ਲੱਗਦਾ ਕਿ ਸਾਡੇ ਰਾਜ ਸਭਾ ਮੈਂਬਰ ਨੂੰ ਰਾਜ ਸਭਾ 'ਚ ਬੋਲਣ ਤੋਂ ਰੋਕਿਆ ਗਿਆ ਔਰ ਦੇਸ਼ ਦੇ ਲੋਕਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਪਾਰਟੀ ਜਨਤਾ ਪਾਰਟੀ ਜੋ ਗਲਤ ਕੰਮ ਕਰਦੀ ਆ ਜੋ ਕੂੜ ਪ੍ਰਚਾਰ ਕਰਦੀ ਆ ਉਹਨੂੰ ਲੋਕਾਂ 'ਚ ਜਿਹੜਾ ਹੈਗਾ ਉਹਦੋਂ ਜਿਹੜਾ ਹੈਗਾ ਉਹਦੇ ਖਿਲਾਫ ਬੋਲਣ ਤੋਂ ਰੋਕਿਆ ਗਿਆ ਸੋ ਇਹ ਸਾਰੀਆਂ ਗੱਲਾਂ ਸਪਸ਼ਟਨ ਗਈਆਂ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਈਡੀ ਦਾ ਸੀਬੀਆਈ ਦਾ ਏਜੰਸੀ ਦਾ ਮਹਿਸੂਸ ਕਰ ਰਹੀ ਹੈ ਦੁਰਵਯੋਗ ਕਰ ਰਹੀ ਹੈ ਸੁਨੀਤਾ ਕੇਜਰੀਵਾਲ ਕਹਿ ਰਹੇ ਨੇ ਕਿ 4 ਕਿਲੋ ਤੋਂ ਜ਼ਿਆਦਾ ਵਜ਼ਨ ਅਰਵਿੰਦ ਕੇਜਰੀਵਾਲ ਦਾ ਘਟ ਚੁੱਕਿਆ ਹੈ ਲੇਕਿਨ ਉਸ ਉਸ ਜਿਹੜੀ ਕਹਿ ਸਕਦੇ ਹਾਂ ਕਿ ਉਹਨਾਂ ਦੇ ਹੈਲਥ ਜਿਹੜੀ ਕੰਡੀਸ਼ਨ ਹੈ ਉਸ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਕੁਝ ਵੀ ਜੇਲ੍ਹ ਦੇ ਅੰਦਰ ਅਰਵਿੰਦ ਕੇਜਰੀਵਾਲ ਨਾਲ ਹੋ ਸਕਦਾ ਹੈ ਬਿਲਕੁਲ ਜੀ ਅਰਵਿੰਦ ਕੇਜਰੀਵਾਲ ਜੀ 슈ਗਰ ਦੇ ਮਰੀਜ਼ ਨੇਗੇ ਔਰ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਖਤਮ ਕਰਨਾ ਚਾਹੁੰਦੀ ਆ ਅੱਜ ਜੇਕਰ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਡਰ ਰਹੀ ਆ ਰਾਜਨੀਤਿਕ ਤੌਰ ਤੇ ਡਰ ਰਹੀ ਆ ਤਾ ਔਰਵਿੰਦ ਕੇਜਰੀਵਾਲ ਜੀ ਤੋਂ ਡਰਦੀ ਆ ਆਮ ਆਦਮੀ ਪਾਰਟੀ ਤੋਂ ਡਰਦੀ ਆ ਇਸੇ ਕਰਕੇ ਆ ਕਿ ਝੂਠੇ ਕੇਸਾਂ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਗਿਆ 2 ਸਾਲ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ 2 ਸਾਲ ਦੀ ਜਾਂਚ ਚੱਲ ਰਹੀ ਸੀ ਔਰ ਜਾ ਕੇ ਜਦੋਂ ਕੋਡ ਆਫ ਕੰਡਕਟ ਲੱਗ ਗਿਆ ਜਦੋਂ ਪ੍ਰਚਾਰ ਦਾ ਸਮਾਂ ਆ ਗਿਆ ਤਾਂ ਉਸੇ ਸਮੇਂ ਆ ਕੇ ਉਹਨਾਂ ਨੂੰ ਬੰਦ ਕੀਤਾ ਗਿਆ ਸੋ ਮੈਂ ਤਾਂ ਸਮਝਦਾ ਕਿ ਆਨਰੇਬਲ ਸਾਡੀ ਸੁਪਰੀਮ ਕੋਰਟ ਜਿਹੜਾ ਹੈਗਾ ਉਹ ਸੁਮੋਟੋ ਲੈ ਕੇ ਉਹਨਾਂ ਨੂੰ ਛੱਡਣਾ ਚਾਹੀਦਾ ਹੈਗਾ ਦੇਸ਼ ਦਾ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਹੈਗਾ ਕਿ ਜਿੰਨੇ ਵੀ ਲੀਡਰ ਦੇਸ਼ ਦੇ ਅੰਦਰ ਆਪੋਜੀਸ਼ਨ ਪਾਰਟੀਆਂ ਦੇ ਬੰਦ ਨੇ ਉਹਨੂੰ ਸਾਰਿਆਂ ਨੂੰ ਜਿਹੜਾ ਹੈਗਾ ਰਿਲੀਜ਼ ਕਰਨਾ ਚਾਹੀਦਾ ਤਾਂ ਕਿ ਉਹ ਆਪਣਾ ਆਪਣਾ ਅਜੰਡਾ ਆਪਣਾ ਪ੍ਰਚਾਰ ਲੈ ਕੇ ਜਾ ਸਕਣ ਔਰ ਲੋਕਤੰਤਰ ਨੂੰ ਬਚਾ ਸਕਣ ਨਹੀਂ ਤਾਂ ਲੋਕਤੰਤਰ ਦੇ ਕਾਤਲ ਨੇ ਜਿਹੜੇ ਉਹ ਲੋਕਤੰਤਰ ਨੂੰ ਖਤਮ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਉਹ ਲੋਕਤੰਤਰ ਦਾ ਕਾਤਲ ਬਣੀ ਹੋਈ ਹੈ ਇੱਕ ਆਖਰੀ ਸਵਾਲ ਪੰਜਾਬ ਦੇ ਵਿੱਚ ਜਿਹੜੀ ਦਲ ਬਦਲ ਲਗਾਤਾਰ ਜਾ ਰਹੀ ਹੈ ਲੀਡਰ ਆਪਣੀਆਂ ਪਾਰਟੀਆਂ ਛੱਡ ਰਹੇ ਨੇ ਉਸ ਨੂੰ ਲੈ ਕੇ ਕੁਝ ਕਹਿਣਾ ਚਾਹ ਆ ਦੇਖੋ ਮੈਂ ਸਮਝਦਾ ਲੋਕਤੰਤਰ ਦਾ ਜੋ ਤਿਹਾਰ ਆਉਂਦਾ ਹੈਗਾ ਬਹੁਤ ਸਾਰੇ ਲੋਕ ਸਵਿਚ ਆਫ ਕਰਦੇ ਨੇ ਪਰ ਲੇਕਿਨ ਜਿਹੜੇ ਲੋਕ ਲੋਕਾਂ ਨਾਲ ਗਦਾਰੀ ਕਰਦੇ ਨੇ ਲੋਕਾਂ ਨੂੰ ਸਭ ਕੁਝ ਖੋਹਦੇ ਨੇ ਬਿਲਕੁਲ ਵੱਡੀ ਗੱਲ ਆਖੀ ਹੈ ਹਰਪਾਲ ਸਿੰਘ ਚੀਮਾ ਨੇ ਮੀਟਿੰਗ ਜਿਹੜੀ ਹੈ ਖਤਮ ਹੋ ਚੁੱਕੀ ਹੈ ਜਿਸ ਤੰਗ ਦੇ ਨਾਲ ਤਸਵੀਰਾਂ ਤੁਹਾਨੂੰ ਲਗਾਤਾਰ ਵਿਖਾਈਆਂ ਕਿ ਸੀਐਮ ਦੀ ਸਰਕਾਰੀ ਰਿਹائش ਦੇ ਉੱਪਰ ਬੈਠਕ ਜਿਹੜੀ ਹੈ ਉਹ ਲਗਾਤਾਰ ਜਾਰੀ ਸੀ ਜਿਸ ਦੇ ਵਿੱਚ ਮੁੱਖ ਮੰਤਰੀ ਸਣੇ ਤਿੰਨ ਕੈਬਨਟ ਮੰਤਰੀ ਔਰ ਪੰਜ ਵਿਧਾਇਕ ਜਿਹੜੇ ਨੇ ਉਹ ਮੌਜੂਦ ਸੀ ਔਰ ਸੰਗਰੂਰ ਹਲਕੇ ਦੀ ਜਿੱਕਰ ਗੱਲ ਕਰੀਏ ਉੱਥੋਂ ਦੀ ਰਣਨੀਤੀ ਜਿਹੜੀ ਹੈ ਉਹ ਤਿਆਰ ਕੀਤੀ ਗਈ ਹੈ ਕਿ ਕਿਸ ਰਣਨੀਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਜਾਂਦੀ ਹੋਈ ਨਜ਼ਰ ਆਏਗੀ ਹਾਲਾਂਕਿ ਵਿਕਾਸ ਦਾ ਏਜੰਡਾ ਲੈ ਕੇ ਆਮ ਆਦਮੀ ਪਾਰਟੀ ਵਿੱਚ ਜਾ ਰਹੀ ਹੈ 2 ਸਾਲ ਦੇ ਵਿੱਚ ਜਿਹੜਾ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਵਿੱਚ ਕੰਮ ਕੀਤਾ ਉਸ ਕੰਮ ਨੂੰ ਲੈ ਕੇ ਲੋਕਾਂ ਤੋਂ ਵੋਟ ਅਪੀਲ ਕੀਤੀ ਜਾ ਰਹੀ ਹੈ ਲੇਕਿਨ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੀ ਜਿਹੜੀ ਲੋਕ ਸਭਾ ਚੋਣ ਹੈ ਉਹ ਲਗਾਤਾਰ ਇੰਟਰਸਟਿੰਗ ਹੁੰਦੀ ਜਾ ਰਹੀ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਆਨ ਵਾਲੇ ਦਿਨਾਂ ਦੇ ਵਿੱਚ ਆ ਇੰਟਰਸਟਿੰਗ ਚੋਣਾਂ ਜਿਹੜੀਆਂ ਨੇ ਹੋਰ ਕੀ ਨਵੇਂ ਰੰਗ ਖਾਂਦੀਆਂ ਹੋਈਆਂ ਨਜ਼ਰ ਆਣਗੀਆਂ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par